ਹਾਂ ਜੀ ਦੋਸਤੋ, ਸਤਿ ਸ੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਕਿਸਾਨ ਵੀਰੋ, ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਠੱਠੀਆਂ ਖੁਰਦ, ਤਹਿਸੀਲ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ, ਹਰੀਕੇ ਪੱਤਣ ਤੋਂ ਕੋਈ 5-6 ਕਿਲੋਮੀਟਰ ਦੀ ਦੂਰੀ, ਪਿੰਡ ਠੱਠੀਆਂ ਖੁਰਦ ਦੀ, ਪੁਰ ਰੱਤਾ ਗੁੱਦਾ ਮਰਾਣਾ ਜਿਉਣੇ ਕਿ ਇਹ ਪਿੰਡ ਦੋਸਤੋ ਥੋੜ੍ਹੀ ਥੋੜ੍ਹੀ ਦੂਰੀ 'ਤੇ ਆ। ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ, ਵੀਰ ਰਵੀ ਦਾ ਪਸ਼ੂ ਵਪਾਰ ਦਾ ਕਿੱਤਾ, ਪਸ਼ੂ ਦੋਸਤੋ ਡੇਲੀ ਰੂਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ। ਅੱਜ ਇਸ ਵੀਡੀਓ ਵਿੱਚ ਟੋਟਲ ਨਾਗਤਾਂ ਨੂੰ ਆਪਾਂ 3 ਦਿਖਾਉਣੇ ਆ, ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਤੁਸੀਂ ਦੇਖ ਰਹੇ ਜੇ ਸੂਈ ਸਵਾਈ ਆ, ਤੇ 2 ਵਿਹੜਾ ਗੱਭਣ ਤਿਆਰੀ ਵਾਲੇ ਪਸ਼ੂ ਆ। ਇੱਕ ਜਰਸੀ ਬਰੀਡ ਦੇ ਵਿੱਚ ਦਿਖਾ ਦਾਂਗੇ, ਤੇ ਇੱਕ HF ਤੇ ਕੋਈ ਸ਼ਾਹੀਵਾਲ ਦਾ ਕ੍ਰੋਸਿੰਗ ਵਿਹੜ ਤੁਹਾਨੂੰ ਦਿਖਾ ਦਾਂਗੇ, ਠੀਕ ਆ ਜੀ। ਸੋ ਇਹ 3 ਨਾਗ ਨੇ। ਅੱਜ ਤਰੀਕ ਤੁਸੀਂ ਨੋਟ ਕਰੋ ਦੋਸਤੋ, ਅੱਜ 7 ਸਤੰਬਰ, ਤੇ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ, 9:15 ਵਜੇ ਦਾ ਸਮਾਂ ਹੈ। ਆਓ ਕਰਦੇ ਹਾਂ ਗੱਲਬਾਤ ਰਵੀ ਦੇ ਨਾਲ, ਪੁੱਛਦੇ ਹਾਂ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ। ਸਭ ਤੋਂ ਪਹਿਲਾਂ ਵੀਰੇ ਰਵੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ, ਸਤਿ ਸ੍ਰੀ ਅਕਾਲ। ਹੋਰ ਭਾਜੀ ਠੀਕ ਠਾਕ? ਵਧੀਆ, ਕਿਰਪਾ ਮਾਲਕ ਦੀ। ਰਵੀ, ਕਿਵੇਂ ਵੀਰੇ ਵਪਾਰ ਦਾ ਕੰਮ, ਆਈ ਜਾਂਦੇ ਆ ਪਸ਼ੂ ਤੇ ਤੁਰੇ ਜਾਂਦੇ ਆ? ਭਾਜੀ ਚੱਲਿਆ ਜਾਂਦਾ ਕੰਮ, ਵਧੀਆ ਰਿਹਾ। ਠੀਕ ਹੈ ਜੀ। ਮਾਲ ਮਿਲਦਾ ਘੱਟ ਤਾਂ ਕਰਕੇ ਥੋੜਾ ਜਿਹਾ ਵੈੜ ਘੱਟ ਮਿਲਦੀ। ਠੀਕ ਹੈ ਜੀ। ਹਾਂਜੀ ਹਾਂਜੀ, ਬੜੇ ਦਿਨਾਂ ਬਾਅਦ ਵੈੜ ਪਾਈ। ਵੈੜਾਂ ਦੇ ਖਰੀਦਦਾਰ ਵੀਰ ਜ਼ਿਆਦੇ, ਪਰ ਵੈੜ ਨਿਕਲਦੀ ਘੱਟ ਪਈ। ਘੱਟ ਤੋਂ ਘੱਟ ਆਪਾਂ 1.5-2 ਮਹੀਨੇ ਬਾਅਦ ਵੈੜ ਪਾਈ। ਹਾਂ, ਕਾਫੀ ਟਾਈਮ ਹੀ ਹੋ ਗਿਆ। ਅੱਛਾ ਰਵੀ, ਵੈੜਾਂ ਦੋਨੋਂ ਕੱਪਣੇ ਅੱਜ ਆਪਾਂ? ਹਾਂਜੀ ਹਾਂਜੀ ਭਾਈ, ਦੋਵੇਂ ਇੱਕ ਜਲਸੀ ਦੇ ਮਤਲਬ ਦੋ ਚੌਂਦ ਨਾ ਜੀ ਆ। ਤੋ ਹਫਤਾ 10 ਦਿਨ ਲੈਂਦੀ ਹੈ ਜੀ। ਠੀਕ ਹੈ ਵੀਰੇ। ਹਾਂਜੀ, ਤੇ ਜਿਹੜੀ ਇਹ ਮੈਂ ਇਹ ਸੂਈ ਆ? ਹਾਂਜੀ ਭਾਜੀ, ਇਹ 6-7 ਦਿਨਾਂ ਦੀ, 1 ਤਰੀਕ ਦੀ ਮੈਂ ਸੂਈ ਹੋਈ ਹੈ। ਲਓ ਜੀ, ਸੋ ਮੱਝ ਦੋਸਤੋ ਸੂਈ ਸਵਾਈ ਹੈ, ਠੀਕ ਹੈ ਜੀ। ਤਾਂ ਵੈੜਾਂ ਦੋਨੋਂ ਕੱਪਣਾ, ਸੋ ਸਟਾਰਟਿੰਗ ਆਪਾਂ ਜਿਹੜੀ ਸ਼ੁਰੂਆਤ ਆ ਇਸ ਮੱਝ ਤੋਂ ਕਰ ਲਵਾਂਗੇ। ਰਵੀ, 6-7 ਦਿਨਾਂ ਦੀ ਸੂਈ ਆ, ਸੂਆ ਕਿੰਨਾ? ਭਾਜੀ ਸੂਆ ਤੀਸਰਾ ਮੰਨ ਲੈ, ਕੋਈ ਚੌਥਾ ਮੰਨ ਲੈ, ਦੂਜਾ ਮੰਨ ਲੈ, ਜਿਸ ਤਰ੍ਹਾਂ ਮਰਜ਼ੀ ਘੁਮਾ ਲੈ। ਠੀਕ ਹੈ ਵੀ, ਆਪਣੀ ਸਮਝ ਲੈ ਕੇ ਜਾਵੇ। ਹਾਂਜੀ, ਤਾਂ ਦੋਸਤੋ ਪਹਿਲਾਂ ਹੀ ਵਾਰ-ਵਾਰ ਕਹਿ ਦਿੱਤਾ ਜਾਂਦਾ, ਕੋਈ ਦਾਵਾ ਨਹੀਂ ਹੈਗਾਗਾ, ਗਰੰਟੀ ਨਹੀਂ ਆਪਣੀ ਕਿਸੇ ਵੀ ਚੀਜ਼ ਦੀ। ਜੇ ਮੰਨ ਕੇ ਮੇਰਾ ਵੀਰ ਖਰੀਦੇ, ਆਪਦਾ ਵੀਰ ਕੋਈ ਤੀਜਾ ਮੰਨ ਲੈ, ਅੱਗੇ ਹਰ ਭਰਾ ਦੀ ਆਪੋ ਆਪਣੀ ਸਮਝ ਆ ਤੁਹਾਡੀ, ਠੀਕ ਆ। ਤੇ ਅੱਜ ਸੂਈ ਨੂੰ 5-6 ਦਿਨ ਹੋ ਗਏ ਆ, ਮਗਰ ਕੱਟਾ ਮੇਲ ਕਾਫ ਆ। ਆ ਬੱਚਾ ਤੁਸੀਂ ਵੇਖ ਸਕਦੇ, ਠੀਕ ਆ ਜੀ। ਥੋੜਾ ਵੀਡੀਓ ਬਣਾਉਣ ਦੇ ਵਿੱਚ ਦੇਰੀ ਹੋ ਗਈ, ਪਹਿਲਾਂ ਇੱਕ ਆਫਲਾਈਨ ਜਿਹੜੀ ਗੱਲਬਾਤ ਕਰਦੇ ਰਹੇ, ਪਹਿਲਾਂ ਕੱਟਾ ਖੜਾ ਰਿਹਾ, ਹੁਣ ਉਹ ਵੀ ਵੇਖ-ਵੂਖ ਕੇ ਜਿਹੜਾ ਮਾਹੌਲ ਚੱਲ ਪੈ ਗਿਆ, ਥੱਕ ਗਿਆ ਥੱਕ ਗਿਆ, ਠੀਕ ਆ ਜੀ। ਹਾਂਜੀ ਹਾਂਜੀ, ਤੇ ਮਗਰ ਕੱਟਾ ਬਹੁਤ ਸੋਹਣਾ ਜੰਮਿਆ ਪਲਿਆ। ਤੇ ਰਵੀ, ਆ 5-6 ਦਿਨਾਂ ਦੀ ਸੂਈ ਦੇ ਥਲੇ ਦੁੱਧ ਵੀਰੇ ਕਿੰਨਾ? ਭਾਜੀ 8 ਕਿਲੋ ਬਣਾ ਕੇ ਦੇਵਾਂਗੇ ਆਪਣੇ ਘਰੋਂ। 8 ਕਿਲੋ? ਹਾਂਜੀ ਹਾਂਜੀ, ਗੇਟ ਤੋਂ ਬਾਅਦ ਨਹੀਂ ਗਰੰਟੀ ਆਪਣੀ। ਠੀਕ ਹੈ ਜੀ। ਹਾਂਜੀ, ਤੇ ਚੋਣ ਚਾਣ ਦੀ ਵੀਰੇ ਚੰਗੀ ਸਾਫ ਸੁਥਰੀ ਆ? ਪੂਰੀ ਭਾਜੀ, ਐ ਬਿਲਕੁਲ ਭੂਰ ਛੱਟਾ ਕੁਛ ਵੀ ਹੋਵੇ, ਕੋਈ ਆਪਣਾ ਭਰਾ ਸੱਜਣ ਦੂਰੋਂ ਨੇੜਿਓਂ ਆ ਜਾਏ, ਇੱਥੇ ਕੋਈ ਨਮੋਸ਼ੀ ਤੇ ਨਹੀਂ ਕਿ ਵੀ ਯਾਰ ਭਾਜੀ ਆਪਾਂ ਖਰਚਾ ਦੇ ਕੇ ਤੋਰਾਂਗੇ ਜੇ ਕਿਸੇ ਨੂੰ। ਠੀਕ ਹੈ। ਦੁੱਧ ਘੱਟ ਲੱਗੇ ਜਾਂ ਭੂਰ ਛੱਟਾ ਗਿਲਟੀ ਕੁਛ ਵੀ ਲੱਗੇ। ਠੀਕ ਹੈ ਵੀਰੇ। ਹਾਂਜੀ, ਲਓ ਵੀ ਭਰਾਵੋ ਕਰੋ ਚੈੱਕ, ਠੀਕ ਹੈ ਜੀ। ਸੋ ਇਹ ਜਿਹੜੀ ਇੱਕ ਵੀਰ ਸ਼ਹਿਦੀ ਆ, ਤਸੱਲੀ ਜ਼ਰੂਰ ਦੇ ਦਿੰਦਾ ਵੀ ਦੂਰੋਂ ਨੇੜਿਓਂ ਕਿਸੇ ਵੀਰ ਦਾ ਟਾਈਮ ਨਾ ਖਰਾਬ ਹੋਵੇ, ਇੱਥੇ ਆਣ ਕੇ ਮਤਲਬ ਇਹ ਨਾ ਹੋਵੇ ਵੀ ਭੂਰ ਮਾਰਦਾ ਕੋਈ, ਥਣ ਜੀ ਛੱਟਾ ਮਾਰਦਾ ਤੇ ਥਣ ਕੋਈ ਵੱਧ ਘੱਟ ਧਾਰ ਆ, ਨਾਲ ਗਲਤੀ ਆ ਕੋਈ ਕਿਸੇ ਰਕਮ ਦੀ। ਇਹ ਪਹਿਲਾਂ ਜਿਹੜੀ ਤਸੱਲੀ ਆਪਾਂ ਤਾਂ ਹੀ ਪੁੱਛ ਲੈਂਦੇ ਹਾਂ ਓਨਰ ਤੋਂ ਕਿਸੇ ਰਕਮ ਦਾ, ਇਹ ਕੋਈ ਜਿਹੜਾ ਵਲ ਛਲ ਨਾ ਹੋਵੇ, ਕਿਉਂ ਬਾਅਦ ਵਿੱਚ ਕੋਈ ਵੀਰ ਪਰੇਸ਼ਾਨ ਨਾ ਹੋਵੇ ਏਡੀ ਦੂਰ ਇੱਥੇ ਆਣ ਕੇ, ਠੀਕ ਆ। ਤੇ ਆਹ ਜਿਹੜੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ, ਲੇਵੇ ਲੂਵੇ ਦੀ ਬੰਤਰ ਤੁਸੀਂ ਵੇਖੋ, ਬਖਾਲੇ ਬਖੂਲੇ ਦੀ ਪੱਧਰ ਆ, ਬਿਲਕੁਲ ਇੱਕ ਸਾਰ ਲੇਵਾ, ਠੀਕ ਆ ਜੀ। ਸੋ 8 ਕਿਲੋ ਦੁੱਧ ਇਸ ਵਕਤ ਦੇ ਥੱਲੇ ਬਿਲਕੁਲ ਜਿਹੜਾ ਹਾਜ਼ਰ ਆ ਕਿਸੇ ਵੀਰ ਨੇ ਚੋ ਲੈਣਾ। ਅੱਜ 5-6 ਦਿਨਾਂ ਦਾ ਸੂਆ, ਹਫ਼ਤੇ ਦੇ ਅੰਦਰ ਵਾਰੀ ਸਮਾਂ ਹੋਇਆ ਜੀ ਸੂਈ ਨੂੰ, ਠੀਕ ਹੈ ਜੀ। ਰਵੀ, ਕੀ ਡਿਮਾਂਡ ਵੀਰੇ, ਕੀ ਮੰਗ? ਭਾਜੀ ਮੁੱਲ 70-65 60 ਦੀ ਦੇ ਦਾਂਗੇ। 60,000 ਦੀ? ਹਾਂਜੀ, ਠੀਕ ਹੈ ਜੀ, ਛੋੜ ਛੱਪਾ ਕਰ ਦਾਂਗੇ। ਠੀਕ ਹੈ ਜੀ। ਹਾਂਜੀ, ਲਓ ਜੀ।
60,000 ਦੀ ਕਿਸਾਨ ਵੀਰੋ ਇਹ ਤੁਹਾਨੂੰ ਜਿਹੜੀ ਮੱਝ ਮਿਲ ਜੂਗੀ। ਬਾਕੀ ਮੱਝ ਆਪਾਂ ਤੁਹਾਨੂੰ ਪ੍ਰੋਪਰ ਪੂਰੀ ਦਿਖਾਤੀ ਆ, ਕੱਟਾ ਵੇਖੋ ਤੁਸੀਂ, ਠੀਕ ਆ ਜੀ, ਚੰਗੇ ਸੀਮਨ ਦਾ ਕੱਟਾ ਜ਼ਿਆਦਾ ਇੱਕ ਭਾਜੀ ਨਿੱਗਰ ਦਿੱਤਾ ਕੱਟਾ, ਨਿੱਗਰ ਕੱਟਾ ਜਿਵੇਂ ਇੱਕ ਨਸਲ ਬਰੀਡ ਵਾਲੇ ਬੱਚੇ ਹੁੰਦੇ ਨਾ, ਜਿਵੇਂ ਜੰਮਦੇ ਲੱਗਦੇ ਆ ਵੀ ਮਹੀਨੇ ਦੇ ਹੁੰਦੇ ਆ। ਹਾਂਜੀ ਹਾਂਜੀ ਉਹ ਹਿਸਾਬ ਆ ਭਾਜੀ। ਹਾਂ ਬਹੁਤ ਵਧੀਆ ਕੱਟਾ ਮਗਰ, ਠੀਕ ਆ ਜੀ, ਪੂਰਾ ਗੋਲ ਗੋਲੇ ਵਰਗਾ, ਠੀਕ ਆ ਜੀ। ਤੇ ਇਹ ਮੱਝ ਆਪਾਂ ਤੁਹਾਨੂੰ ਦਿਖਾਤੀ ਆ ਤੇ ਬਿਲਕੁਲ ਜਾਇਜ਼ ਰੇਟ ਦੇ ਉੱਪਰ ਅੱਜ ਤੁਹਾਨੂੰ ਮਿਲ ਜੂਗੀ। ਸੋ ਬਹਿਣੀ ਵਾਲੀ ਸਾਈਡ ਤੋਂ ਆ ਤੁਹਾਨੂੰ ਥਣ ਨੇੜਿਓਂ ਦਿਖਾ ਰਹੇ ਹਾਂ ਆਪਾਂ, ਠੀਕ ਆ ਜੀ। ਆ ਲਓ, ਠੀਕ ਆ ਰਵੀ, ਇੱਧਰ ਸੈਕਿੰਡ ਨੰਬਰ ਤੇ ਆਪਣੇ ਕੋਲ ਵੀਰੇ ਇੱਕ ਜਰਸੀ ਬਰੀਡ ਦੇ ਵਿੱਚ ਵੈੜ ਆ ਗਈ। ਹਾਂਜੀ ਭਾਈ, ਦੂਸਰਾ ਸੂਆ ਸੁਣ ਜਾ ਰਹੀ ਹੈ। ਠੀਕ ਹੈ ਵੀਰੇ। ਹਾਂਜੀ, ਕੋਈ 5-6 ਦਿਨ ਲੈਂਦੀ ਹੈ, 4 ਲੈ ਜੇ, 5 ਲੈ ਜੇ, ਠੀਕ ਹੈ ਜੀ, ਮਤਲਬ ਤਿਆਰੀਆਂ ਜਾ ਗਈ ਆ। ਲਓ ਜੀ, ਹਾਂਜੀ ਹਾਂਜੀ, ਤੋ ਦੱਸੋ 4 ਕੱਢਦੀ ਹੈ ਜਾਂ 5 ਦਿਨ ਕੱਢਦੀ ਹੈ, ਇੱਥੇ ਕੀ ਸਮਾਂ ਲੱਗਦਾ ਪਿਆ? ਠੀਕ ਆ ਜੀ, ਥੱਲਿਓਂ ਤਿਆਰੀ ਕਾਫੀ ਕਰੀ ਬੈਠੀ ਆ ਗਰਮਾ ਵਾਲੀ, ਤੇ ਜਰਸੀ ਦੇ ਵਿੱਚ ਲਿਟਲ ਬਿਟ, ਕੋਈ ਜਰਸੀ ਦੇ ਵਿੱਚ ਆਪਾਂ ਕ੍ਰੋਸ ਨੂੰ ਕਹਿ ਸਕਦੇ ਹਾਂ, ਠੀਕ ਆ। ਬਾਕੀ ਥਣ ਬਹੁਤ ਕਮਾਲਾਂ ਦਾ ਲੱਗਾ, ਠੀਕ ਆ ਜੀ, ਥਣ ਆਪਾਂ ਕਹਿ ਦਿੰਦੇ ਹਰ ਵਾਰ ਮੁੱਠੀ ਥਣ, ਉਹ ਕੱਲਾ ਕਹਿਣ ਵਾਲਾ ਥਾਂ ਨਹੀਂ ਗਾ, ਵੈਸੇ ਚੋਣ ਚਾਹ ਜੀ ਗਾਂ ਥਾਂਦੀ ਹੁੰਦੀ, ਬਸ ਮੱਝਾਂ ਵਾਲਾ ਹੀ ਲੱਗਾ ਸਾਬ ਲਾ ਲਓ। ਹਰਿਆ ਪੁੱਤ ਕੋਈ ਨਿੱਕੀ ਜੀ ਨਾ ਮੰਨੇ ਭਾਜੀ, ਬਾਲੀ ਨਿੱਕੀ ਜੀ, ਬੇਲ ਬੂਲ ਵੀ ਚੰਗੀ ਆ। ਹਾਂਜੀ, ਲੰਬਾਈ ਲੰਬਾਈ ਵੀ ਪੂਰੀ ਆ, ਆ ਮੂੰਹ ਮੱਥੇ ਤੋਂ, ਠੀਕ ਆ ਜੀ। ਠੰਡੀ ਤੇਰੀ ਕੋਈ ਲੱਤ ਛੜ ਵਾਲੀ ਨਹੀਂ ਆ। ਰਵੀ ਇੱਕ ਵਾਰੀ ਹੋਰ ਘੁਮਾ ਦਿਆ ਜੀ ਵੀਰੇ, ਹਰਿਆ ਪੁੱਤ ਜੀ ਹੋਰ ਤੋਰ ਦਿਆ ਜੀ ਇਹਨੂੰ। ਆ ਜਾ ਆ ਜਾ ਆ ਜਾ, ਆਹ ਦੇਖੋ ਜੀ, ਅਜੇ ਬੈਠ ਦੋਸਤੋ, ਹੋਰ ਵੀ ਬਣੂਗੀ, ਠੀਕ ਆ ਜੀ, ਜੇ ਅਜੀ ਬਣੂ ਤੁਹਾਨੂੰ ਬਹੁਤ ਜ਼ਿਆਦਾ ਬਣੂਗੀ ਹੋਰ ਵੀ, ਠੀਕ ਆ ਜੀ। ਅਜੇ ਢਿੱਲ ਢੋਲਾ ਲੇਵੇ ਦੇ ਵਿੱਚ ਕਾਫੀ ਆ, ਸੋ ਉਸ ਅਕੋਰਡਿੰਗ ਤੁਸੀਂ ਜੱਜਮੈਂਟ ਕਰ ਲਿਓ। ਢਿੱਲ ਢੋਲੀ ਤੇਰੀ ਕੋਈ ਇਹੋ ਜੀ ਨਹੀਂ, ਲੱਤ ਛੜ ਵਾਲੀ ਨਹੀਂ। ਲਓ ਜੀ, ਠੀਕ ਹੈ ਜੀ, ਠੀਕ ਆ ਤੇ ਰਵੀ ਬੱਚੀ ਇਹ ਦੇਵਾਂਗੇ ਕਿੰਨੇ ਦੀ ਆਪਾਂ ਭਾਜੀ? ਮੁੱਲ ਭਾਂ 50 ਕਰੀਏ, 48 ਕਰੀਏ, 46,000 ਦੀ ਵਿੱਚ ਦੇਵਾਂਗੇ, ਕੁਛ ਛੋੜ ਛੱਪਾ ਕਰ ਦਾਂਗੇ 46,000 ਚੋਂ। ਹਾਂਜੀ ਹਾਂਜੀ, ਦੁੱਧ 15-16 ਕਿਲੋ ਰਮਾਨ ਨਾਲ ਜਵਾ ਦੇਣਾ ਵੈਡ ਨੇ, ਠੀਕ ਹੈ ਜੀ। ਹਾਂਜੀ ਲਓ ਵੀ ਭਰਾਵੋ, ਠੀਕ ਹੈ ਜੀ, 46,000 ਦੀ। ਹਾਂ ਹਾਂਜੀ, ਨਹੀਂ ਭਾਈ ਛੋੜ ਛੱਪਾ ਕਰ ਦਾਂਗੇ, ਕੋਈ ਚੱਕਰ ਨਹੀਂ, ਠੀਕ ਹੈ ਜੀ। ਲਓ ਜੀ 46,000 ਦੀ ਦੋਸਤੋ ਇਹ ਤੁਹਾਨੂੰ ਜਿਹੜੀ ਯੈਸ ਨਾਲ ਮਿਲ ਜੂਗੀ, ਠੀਕ ਹੈ ਜੀ। ਆ ਕਰੋ ਚੈੱਕ, ਠੀਕ ਹੈ ਜੀ। ਤੋ ਥਣ ਥੁਣ ਦੋਸਤੋ ਪੂਰੇ ਹੱਥੀ ਚਵਾਈ ਵਾਲੇ ਆ, ਤੋ ਥੋੜਾ ਜਿਹਾ ਆਪਾਂ ਤੁਹਾਨੂੰ ਲਾਗਿਓਂ ਦਿਖਾ ਦਿੰਦੇ ਆ ਵੀ ਬਹੁਤੇ ਵੀਰ ਕਈ ਵਾਰੀ ਆਨਲਾਈਨ ਸੁਵਿਧਾ ਕਰਦੇ ਆ ਤੇ ਉਹਨਾਂ ਦੇ ਧਿਆਨ ਦੇ ਵਿੱਚ ਜਿਹੜੀ ਇੱਕ ਵਾਰੀ ਚੀਜ਼ ਆ ਜੇ, ਠੀਕ ਆ। ਆ ਲਓ ਰਵੀ ਵੀਰੇ, ਤਿੱਪਣ ਤਪਾਉਣ ਦੀ ਆਪਣੀ ਤਸੱਲੀ ਇੱਕੋ ਜੀ ਆ, ਆਪਣੇ ਘਰ ਇੱਕੋ ਜੀ, ਆਪਾਂ ਤਸੱਲੀ ਕਰਕੇ ਲਿਆਉਣੇ ਆ। ਵੀਰ ਨਹੀਂ ਵਿਜਿਟ ਕਰਦੇ ਵੈਸੇ, ਆਪਣੀ ਤੇ ਇੱਕ ਅਪੀਲ ਆ ਵੀ ਇੱਥੇ ਆਣ ਕੇ ਖਰੀਦੋ ਭਾਜੀ, ਜੇ ਤਾਂ ਕੋਈ ਆਨਲਾਈਨ ਮੰਗਾਉਂਦਾ ਆਪਾਂ ਵੀਡੀਓ ਕਾਲ ਚ ਕੱਲਾ ਕੱਲਾ ਥਣ ਜਿਸ ਤਰ੍ਹਾਂ ਗਲਾਸੀ ਨਾਲ ਤਿੱਪਣਾ, ਜਿਸ ਤਰ੍ਹਾਂ ਵੀ ਕੋਈ ਆਖੂਗਾ ਉਸ ਤਰ੍ਹਾਂ ਹੀ ਤਿੱਪ ਕੇ ਕਲਾਵਾਂਗੇ, ਆਪਣੀ ਗਾਰੰਟੀ ਕੋਈ ਨਹੀਂ, ਠੀਕ ਹੈ। ਇਹ ਆਪਾਂ ਘੜ ਮੋੜ ਇਹੋ ਗੱਲ, ਇਹ ਨਹੀਂ ਵੀ ਇਸੇ ਕੱਲੀ ਦੀ, ਉਹਦੀ ਵੀ ਉਹਦੀ, ਕਿਸੇ ਗਾਂ ਦੀ ਵੀ ਆਪਣੀ ਇਹੋ ਗੱਲ। ਹਾਂਜੀ, ਆਪਾਂ ਆਪਦੇ ਘਰੋਂ ਭਾਵੇਂ ਆਨਲਾਈਨ ਕੋਈ ਵੀ ਖਰੀਦਦਾ ਤੇ ਉਹਦੀ ਤਸੱਲੀ ਆਨਲਾਈਨ ਵੀਡੀਓ ਕਾਲ ਤੇ ਕਰਾ ਦਾਂਗੇ। ਹਾਂਜੀ ਹਾਂਜੀ ਭਾਜੀ, ਫਿਰ ਗੱਲ ਕਰਨੇ ਗਏ, ਚਲੋ ਕੋਈ ਬਾਅਦ ਵਿੱਚ ਗਾਰੰਟੀ। ਹਾਂਜੀ ਫਿਰ ਭਾਜੀ, ਕਿ ਗੱਲ ਸਾਡੇ ਕੱਲੇ ਤੇ ਰਹਿੰਦੀ, ਧੜ ਤੇ ਵੀ ਆਉਂਦੀ ਆ, ਲੰਮੇ ਟਾਈਮ ਤੇ ਗੱਲ ਚੱਲ ਜਾਂਦੀ ਜੇ ਕੋਈ ਮਾੜਾ ਮੋਟਾ ਨਿੱਕੀ ਹੋ ਜਾਂਦੀ। ਬਿਲਕੁਲ ਜੀ ਬਿਲਕੁਲ, ਬਹੁਤ ਵੀ ਭਰਾਵੋ, ਹਰ ਵਾਰ ਆਪਾਂ ਵਾਰ ਵਾਰ ਅਪੀਲ ਕਰਦੇ ਆ ਸਾਰੇ ਵੀਰਾਂ ਨੂੰ, ਪੈਸੇ ਤੁਸੀਂ ਲਾਉਣੇ ਆ, ਮਾਲ ਅੱਗੋਂ ਆਪਣੀ ਨਰਕ ਪਰਖ ਆਪਣੀ ਤਸੱਲੀ ਕਰਕੇ ਓਨਰ ਨੇ ਵਪਾਰੀ ਵੀਰਾਂ ਨੇ ਖਰੀਦਿਆ ਹੁੰਦਾ, ਅੱਗੋਂ ਤੁਹਾਨੂੰ ਜਿਹੜੀ ਤਸੱਲੀ ਦੇ ਸਕਦੇ ਆ ਆਪਦੇ ਘਰ ਤੱਕ ਵੀ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਓ। ਜੇ ਕੋਈ ਵੀਰ ਨਹੀਂ ਪਹੁੰਚਦਾ ਹੈਗਾ ਵੀਡੀਓ ਕਾਲ ਤੇ ਕਰਵਾਉਂਦੇ ਹੋ,
ਉਹ ਤੁਹਾਨੂੰ ਵੀਡੀਓ ਕਾਲ ਤੇ ਟਿਪ ਕੇ ਭਰਾ ਕੇ ਤਸੱਲੀ ਕਰਵਾ ਦੇਣਗੇ। ਉਸ ਤੋਂ ਬਾਅਦ ਜਿਹੜੀ ਆ ਤੁਹਾਡੀ ਚੀਜ਼ ਆ, ਤੁਹਾਡੀ ਰਿਸਪੋਂਸੀਬਿਲਟੀ ਆ, ਤੁਹਾਡੀ ਜ਼ਿੰਮੇਵਾਰੀ ਆ ਸ਼ਾਇਦ, ਠੀਕ ਆ ਜੀ। ਤੁਹਾਨੂੰ ਵਾਧਾ ਕਰੇ, ਤੁਹਾਨੂੰ ਘਾਟਾ ਕਰੇ, ਠੀਕ ਆ ਜੀ, ਉਹ ਬਾਅਦ ਦੀਆਂ ਗੱਲਾਂ ਹੁੰਦੀਆਂ ਨੇ, ਲੈਣੇ ਦੇਣੇ ਮੁਕੱਦਰ ਨੇ, ਉਹ ਮੇਰਾ ਵੀਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, ਠੀਕ ਆ। ਇੱਕ ਰਵੀ ਆਪਣੇ ਕੋਲ ਜਿਹੜੀ ਆਹ ਬੈਡ ਹੈਗੀ ਡੱਬੀ, ਹਾਂਜੀ ਹਾਂਜੀ ਭਾਜੀ, ਇਹ ਐਚ ਐਫ ਰਾਠੀ ਦਾ ਮੰਨ ਲੈ, ਕੋਈ ਸ਼ਾਹੀ ਵਾਲ ਦਾ ਮੰਨ ਲੈ, ਠੀਕ ਹੈ ਜੀ। ਹਾਂਜੀ ਹਾਂਜੀ, ਲਓ ਵੀ ਦੋਸਤੋ, ਕਰਾਸ ਅੰਗ ਦੇ ਵਿੱਚ ਆ ਵਧੇਰੇ ਪੱਕ ਜਿਹੜਾ ਐਚ ਐਫ ਬਰੀਡ ਦਾ ਵੀ ਆ ਡੱਬੀ ਆ, ਤੇ ਸੁਆ ਵੀਰ ਰਵੀ ਤੀਜਾ ਭਾਜੀ, ਤੀਸਰਾ ਮੰਨ ਸਕਦਾ ਕੋਈ ਦੂਸਰਾ, ਅਗਲਿਆਂ ਨੇ ਦੂਸਰਾ ਕਹਿ ਕੇ ਦਿੱਤੀ ਆਪਾਂ ਨੂੰ, ਠੀਕ ਆ ਜੀ, ਤੇ ਕਹਿ ਵੀ ਸਕਦੇ ਆਪਾਂ ਦੂਸਰਾ। ਲਓ ਜੀ, ਕੋਈ ਦੂਜਾ ਸੁਆ ਸਮਝ ਲੈ ਮੇਰਾ ਭਰਾ, ਕੋਈ ਤੀਜਾ ਮੰਨ ਲੈ, ਠੀਕ ਆ ਜੀ। ਥਣ ਲੰਬੇ ਆ ਪੂਰੇ ਥਣਾਂ ਵਾਲੇ ਪਾਸੇ, ਨੋ ਡਾਊਟ ਕੋਈ ਵੀਰ ਅੱਖਾਂ ਮੀਚ ਕੇ ਸੌਦਾ ਕਰ ਲੈ, ਥਣ ਲੰਬੇ ਆ, ਲੰਬਾਈ ਦੇ ਵਿੱਚ ਥਣ, ਕੋਈ ਇਹ ਨਹੀਂ ਵੀ ਕੋਈ ਪੋਟਿਆਂ ਦਾ ਵੀਰ ਹੁੰਦਾ ਫਿਰੂਗਾ, ਠੀਕ ਆ ਜੀ। ਤੇ ਚਵਾਈ ਵਾਲਾ, ਹੱਥੀ ਚਵਾਈ ਵਾਲਾ ਥਣ ਲੱਗਾ, ਕੱਦ ਬਹੁਤ ਵੱਡਾ, ਠੀਕ ਆ ਜੀ, ਕੱਦ ਕੋਈ ਛੋਟੀ ਨਹੀਂ ਗੀ ਜਾਂ ਮੀਡੀਅਮ ਦਰਮਿਆਨੀ ਨਹੀਂ ਗੀ, ਕੱਦ ਵਧੀਆ, ਕੱਦ ਸੋਹਣਾ ਬੈਠ ਦਾ, ਆਮ ਨੋਰਮਲ ਜਿਹੜੀ ਆਪਾਂ ਮੀਡੀਅਮ ਹਾਈਟ ਤੁਹਾਨੂੰ ਕਾਊਂਟ ਕਰਾਈ ਦੀ ਆ, ਉਹਦੇ ਨਾਲੋਂ ਥੋੜ੍ਹੀ ਜਿਹੀ ਪਲੱਸ ਹਾਈਟ ਆਪਾਂ ਇਹਦੀ ਤੁਹਾਨੂੰ ਕਹਿ ਸਕਦੇ ਹਾਂ, ਠੀਕ ਆ ਜੀ। ਬਾਕੀ ਫੇਸ ਫੂਸ ਕੁਆਲਿਟੀ ਚੰਗੀ ਆ, ਠੀਕ ਆ ਰਵੀ। ਲਓ ਜੀ, ਠੀਕ ਆ। ਸੋ ਤਿਆਰੀ ਦੋਸਤੋ ਲਾਏ ਬਣਾਏ ਪਈ ਆ, ਕੋਈ ਹਫ਼ਤਾ ਮੰਨ ਲਏ, ਕੋਈ ਅੱਠ ਕੁ ਦਿਨ ਮੰਨ ਲਏ ਵੀ, ਅੱਠਾਂ ਸੱਤਾਂ ਦਿਨਾਂ ਦੇ ਵਿੱਚ ਪੂਰੀ ਤਿਆਰੀ ਤੇ ਹੋਊਗੀ, ਠੀਕ ਆ ਜੀ, ਸੂਣ ਦੀ। ਸੋ ਸੋਹਣੇ ਕੱਦ ਕੱਟ ਵਿੱਚ ਆ, ਸੋ ਜਿੰਨਾ ਵੀ ਹੈਗਾ ਕਰਮਾਲੀ ਚੌੜਾ ਪਿੱਠ ਪੂੜਾ ਸੋਹਣੇ ਵਜਨ ਵਜੂਦ ਵਿੱਚ ਆ, ਠੀਕ ਆ। ਤੇ ਬਾਕੀ ਤਿੱਪਣ ਤਪਾਉਣ ਦੀ ਇਹਦੀ ਵੀ ਤਸੱਲੀ, ਦੋ ਚੌਂ ਦਿਨਾਂ ਜੀ ਭਾਜੀ ਇਹਨੇ ਵੀ ਆ ਜਾਣਾ, ਦੋ ਚੌਂ ਪੰਜਾਂ ਦਿਨਾਂ 'ਚ ਹੀ ਆ ਜਾਣਾ ਇਹਨੇ ਵੈਸੇ। ਲਓ ਜੀ, ਰਵੀ ਇਹਦੀ ਮੰਗ ਵੀਰੇ ਕੀ ਕਰਦਾ, ਕੀ ਭਾਜੀ ਮੁੱਲ ਇਹਦਾ 65,000 ਰੁਪਇਆ ਕਰਦੇ ਆ ਜੀ। ਹਾਂਜੀ, ਇਹ ਹਾਂ ਨਾ 60,000 ਦੀ ਦੇਵਾਂਗੇ, 60,000 ਜੋੜ ਛੱਪਾ ਕਰ ਦਾਂਗੇ, ਠੀਕ ਹੈ ਜੀ। ਹਾਂਜੀ, ਲੈ ਦੇ ਹੀ ਆ ਕਿ ਵਿੱਚ ਹੋ ਜੂਗਾ, ਕਰ ਦਾਂਗੇ ਭਾਜੀ, ਮਾਨ ਤਨ ਕਰ ਦਾਂਗੇ, ਜਿੰਨਾ ਵੀ ਹੋ ਸਕਿਆ ਉਨਾ ਹੀ ਕਰਾਂਗੇ, ਠੀਕ ਹੈ ਜੀ। ਹਾਂਜੀ, ਲਓ ਵੀ ਦੋਸਤੋ, ਪੂਰੀ ਨਿੱਗਰ ਆ, ਨਿੱਗਰ ਪਿੰਡੇ ਦੀ ਆ, ਠੀਕ ਆ ਜੀ। ਥੱਲਿਓਂ ਵੀ ਕਰਮ ਵਾਲੀ ਕਾਫੀ ਸੋਹਣਾ ਬਣਦੀ ਪਈ ਆ, ਤੇ 60,000 ਦੇ ਵਿੱਚੋਂ ਖੁੱਲਾ ਡੁੱਲਾ ਮਾਨ ਤਨ ਹੋ ਜੂਗਾ, ਕੋਈ ਸੱਜਣ ਆਉਂਦਾ ਹੱਥ ਪਾ ਲਿਓ, ਠੀਕ ਆ ਜੀ। 60,000 ਦੇ ਵਿੱਚੋਂ ਮਾਨ ਤਨ ਹੋਊਗਾ, ਮੂੰਹ ਮੱਥੇ ਦੀ ਚੰਗੀ ਆ, ਠੀਕ ਆ। ਆਹ ਤੁਸੀਂ ਵੇਖ ਲਓ, ਛੋਟਾ ਕੰਨ ਆ ਤੇ ਫੇਸ ਕੁਆਲਿਟੀ ਬੋਦੀ ਵਾਲੀ ਬੈਡ ਆ, ਆਹ ਦੇਖੋ। ਸੋ ਕਰੋਸ ਅੰਗ ਦੇ ਵਿੱਚ ਐਚ ਐਫ, ਆਪਾਂ ਨੂੰ ਕਹਿ ਸਕਦੇ ਵੀ ਕਰੋਸ ਅੰਗ ਦੇ ਵਿੱਚ ਆ, ਠੀਕ ਆ। ਸੋ ਚੰਗੀ ਆ ਬੈਡ, ਜ਼ਰੂਰ ਤੁਸੀਂ ਹੱਥ ਪਾ ਸਕਦੇ ਜੇ, ਤੇ 60,000 ਦੇ ਵਿੱਚੋਂ ਛੋੜ ਛੱਪਾ। ਇਹ ਅੱਜ 203 ਨਗ ਸੀਗੇ ਵੀਰ ਰਵੀ ਦੇ ਕੋਲ, ਸੋ ਤਿੰਨਾਂ ਨਗਾਂ ਦੀ ਤੁਹਾਨੂੰ ਡਿਟੇਲ ਮਿਲ ਗਈ ਆ। ਰੇਟ ਪੜਤਾ ਬੜਾ ਜਾਇਜ਼ ਵਾਜਬ ਰੇਟ ਆ, ਬਿਲਕੁਲ ਛੋਟੇ ਛੋਟੇ ਮੁੱਲ ਆ, ਭਾਅ ਪੜਤੇ ਵਿੱਚ ਆ। ਕੋਈ ਛੋਟੇ ਜ਼ਿਮੀਂਦਾਰ ਫਾਰਮਰ ਵੀਰ ਨੇ ਖਰੀਦਣਾ ਪਸ਼ੂ, ਉਹਨਾਂ ਦੀ ਪਹੁੰਚ ਦੇ ਵਿੱਚ ਵੀ ਆ, ਠੀਕ ਆ ਜੀ। ਤੇ ਨੰਬਰ ਆਪਾਂ ਲੈ ਲੈਂਦੇ ਹਾਂ ਰਵੀ ਦੇ, ਜਿਨ੍ਹਾਂ ਤੇ ਤੁਸੀਂ ਕਾਲ ਕਰਨੀ ਆ। ਰਵੀ ਨੰਬਰ ਬੋਲਦੇ ਵੀਰੇ, 82-6-47-52-1-50, ਠੀਕ ਹੈ ਭਰਾ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।